ਗੁਰੂ ਪਿਆਰਿਓ, ਬਹੁਤੀ ਵਾਰ ਇਸ ਤਰ੍ਹਾਂ ਵੀ ਹੋ ਜਾਂਦਾ ਜਦੋਂ ਆਪਾਂ ਪਾਠ ਕਰਦੇ ਹਾਂ, ਅਕਸਰ ਹੀ ਸਾਨੂੰ ਉਬਾਸੀਆਂ ਆਉਂਦੀਆਂ ਨੇ ਜਾਂ ਨੀਂਦ ਆ ਕੇ ਘੇਰਾ ਪਾਉਂਦੀ ਆ। ਕਈ ਵਾਰੀ ਐਵੇਂ ਵੀ ਹੋ ਜਾਂਦਾ ਕਈ ਸੱਜਣਾਂ ਦੇ ਨਾਲ ਕਿ ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਆਉਂਦੇ ਆ, ਹੰਝੂ ਵੀ ਆ ਜਾਂਦੇ ਆ। ਇਹ ਸਭ ਕਿਉਂ ਹੁੰਦਾ? ਬਹੁਤ ਸਾਰੀਆਂ ਸੰਗਤਾਂ ਦਾ ਇਹ ਸਵਾਲ ਆ ਮਨ ਦਾ, ਤਾਂ ਆਓ ਆਪਾਂ ਜਾਣਦੇ ਹਾਂ ਇਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਨੇ ਅਤੇ ਇਹ ਸਭ ਕੁਝ ਕਿਉਂ ਵਾਪਰਦਾ ਵਾ। ਗੁਰਮੁਖ ਪਿਆਰਿਓ, ਦੇਖੋ ਇਹ ਜਿਹੜਾ ਯੁੱਗ ਆ, ਇਹ ਕਲਯੁੱਗ ਦਾ ਯੁੱਗ ਆ। ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਯੁੱਗਾਂ ਦਾ ਸੁਭਾਅ ਸਮਝਣਾ। ਵੱਡੀ ਗਿਣਤੀ ਵਿੱਚ ਜਦੋਂ ਲੋਕਾਂ ਦੇ ਵਿਚਾਰ ਬਦਲ ਜਾਂਦੇ ਆ, ਉਹਨੂੰ ਆਪਾਂ ਕਹਿੰਦੇ ਯੁੱਗ ਬਦਲ ਗਿਆ। ਇਹ ਯੁੱਗ ਦੇ ਵਿੱਚ ਲੋਕ ਜਿਹੜੇ ਆ ਗਲਤ ਪਾਸੇ ਜਾ ਰਹੇ ਆ ਅਤੇ ਮਨ ਦਾ ਇੱਕ ਸੁਭਾਅ ਬਣ ਚੁੱਕਾ ਕਿ ਚੰਗੀਆਂ ਚੀਜ਼ਾਂ ਦੇ ਵਿੱਚ ਇਹਦੀ ਰੁਚੀ ਜਿਹੜੀ ਆ ਘੱਟ ਆ ਅਤੇ ਮਾੜੀਆਂ ਚੀਜ਼ਾਂ ਵਿੱਚ ਰੁਚੀ ਮਨ ਦੀ ਵੱਧ ਆ। ਤੁਸੀਂ ਵੇਖਿਆ ਹੋਣਾ ਜਦੋਂ ਆਪਾਂ ਫਿਲਮ ਵੇਖਦੇ ਹਾਂ, ਕੋਈ ਵੀ ਇਹੋ ਜਿਹੀ ਚੀਜ਼ ਵੇਖਦੇ ਹਾਂ ਜਿਹੜੀ ਸਾਨੂੰ ਰੱਬ ਨਾਲੋਂ ਤੋੜਦੀ ਆ, ਜੋ ਵੀ ਆਪਾਂ ਕਰਦੇ ਹਾਂ ਸੰਸਾਰਕ ਪੱਧਰ 'ਤੇ, ਉਦੋਂ ਸਾਨੂੰ ਕੋਈ ਉਬਾਸੀਆਂ ਨਹੀਂ ਆਉਂਦੀਆਂ। ਉਦੋਂ ਸਰੀਰ ਸਾਵਧਾਨ ਹੁੰਦਾ, ਮਨ ਨੂੰ ਵੀ ਇਉਂ ਹੁੰਦਾ ਵੀ ਕੋਈ ਚੀਜ਼ ਰਹਿ ਨਾ ਜਾਵੇ। ਆਪਾਂ ਇੰਨਾ ਖੁੱਭ ਜਾਂਦੇ ਉਹਨਾਂ ਚੀਜ਼ਾਂ ਵਿੱਚ ਕਿ ਉਹਨਾਂ ਚੀਜ਼ਾਂ ਵਿੱਚ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ 2 ਘੰਟੇ ਦੀ ਫਿਲਮ, 3 ਘੰਟੇ ਦੀ ਫਿਲਮ ਕਦੋਂ ਜਿਹੜੀ ਆ ਬੀਤ ਗਈ ਆ। ਲੋਕ ਸਿਨੇਮੇ ਘਰਾਂ ਵਿੱਚ ਜਾਂਦੇ ਆ, 3-3 ਘੰਟੇ ਬੈਠੇ ਰਹਿੰਦੇ ਆ, ਕੋਈ ਉਹਨਾਂ ਨੂੰ ਨੀਂਦ ਨਹੀਂ ਆਉਂਦੀ, ਕੋਈ ਉਬਾਸੀ ਤੱਕ ਨਹੀਂ ਆਉਂਦੀ ਉਹਨਾਂ ਨੂੰ, ਬਿਲਕੁਲ ਇਕਾਗਰ ਮਨ ਉਹਨਾਂ ਦਾ ਹੋ ਜਾਂਦਾ। ਇੱਥੇ ਤੁਹਾਨੂੰ ਇਹ ਮੰਨਣਾ ਪਊਗਾ ਕਿ ਮਨ ਦਾ ਸੁਭਾਅ ਹੀ ਇਹ ਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਕੋਈ ਵੀ ਚੰਗਾ ਕੰਮ ਹੋਵੇ ਉਹਨੂੰ ਮਨ ਕਰਨਾ ਹੀ ਨਹੀਂ ਚਾਹੁੰਦਾ, ਕਿਉਂਕਿ ਮਨ ਦਾ ਸੁਭਾਅ ਹੀ ਇਹ ਆ ਵੀ ਤੁਹਾਨੂੰ ਚੰਗੇ ਪਾਸੇ ਜਾਣ ਨਹੀਂ ਦੇਣਾ। ਇਹ ਮਨ ਸ਼ੈਤਾਨ ਆ, ਇਹ ਨਹੀਂ ਚਾਹੁੰਦਾ ਵੀ ਤੁਸੀਂ ਬਾਣੀ ਨਾਲ ਜੁੜੋ। ਤਾਂ ਜਦੋਂ ਵੀ ਤੁਸੀਂ ਸਿਮਰਨ ਕਰਦੇ ਹੋ, ਜਦੋਂ ਵੀ ਤੁਸੀਂ ਬਾਣੀ ਪੜ੍ਹਦੇ ਹੋ, ਜਦੋਂ ਵੀ ਤੁਸੀਂ ਕੋਈ ਸੇਵਾ ਕਰਦੇ ਹੋ ਜਾਂ ਅੰਮ੍ਰਿਤ ਵੇਲੇ ਉੱਠਣ ਦੀ ਕੋਸ਼ਿਸ਼ ਕਰਦੇ ਹੋ, ਇਹ ਮਨ ਤੁਹਾਨੂੰ ਕਹਿੰਦਾ ਵੀ ਨਹੀਂ, ਹਜੇ ਸੁੱਤਾ ਰਹਿ। ਤਾਂ ਹੀ ਸਤਿਗੁਰੂ ਮਹਾਰਾਜ ਦੇ ਬਚਨ ਆ ਕਿ ਚੰਗਾ ਕੰਮ ਜਿਹੜਾ ਉਹ ਕਰਨ ਦੇ ਵਿੱਚ ਸਾਡਾ ਪੂਰਾ ਮਨ ਨਹੀਂ ਹੁੰਦਾ, ਅਤੇ ਜਦੋਂ ਕੋਈ ਕੰਮ ਪੂਰੇ ਮਨ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਕੀਤਾ ਜਾਵੇ, ਨਾ ਤਾਂ ਉਦੋਂ ਸਮੇਂ ਦਾ ਪਤਾ ਲੱਗਦਾ ਅਤੇ ਨਾ ਹੀ ਉਦੋਂ ਉਬਾਸੀਆਂ ਆਉਂਦੀਆਂ ਨੇ। ਹਾਂ, ਕੋਈ ਜ਼ਿਆਦਾ ਹੀ ਥੱਕਿਆ ਥਕਾਵਟ ਹੋਈ ਵੀ ਆ ਕਿਸੇ ਕਾਰਨ ਕਰਕੇ, ਉਹ ਗੱਲ ਵੱਖਰੀ ਗੱਲ ਆ। ਪਰ ਗੁਰਮੁਖ ਪਿਆਰਿਓ, ਤੁਸੀਂ ਅਕਸਰ ਦੇਖਣਾ ਇਹ ਨਾਮ ਜਪਣ ਵੇਲੇ ਹੀ ਉਬਾਸੀਆਂ ਆਉਂਦੀਆਂ, ਨੀਂਦ ਆਉਂਦੀ ਆ। ਕਈ ਵਾਰੀ ਤਾਂ ਇਹ ਲੱਤਾਂ ਇੰਨੀਆਂ ਦੁਖਣ ਲੱਗ ਜਾਂਦੀਆਂ ਵੀ ਬੰਦਾ ਕਹਿੰਦਾ ਬਸ ਇੱਥੇ ਹੀ ਆਪਾਂ ਸਮਾਪਤੀ ਕਰ ਦਈਏ, ਜੀ ਨਹੀਂ ਕਰਦਾ ਅੱਗੇ ਜਾਣ ਨੂੰ। ਇਹ ਸਭ ਕੁਝ ਜੋ ਹੁੰਦਾ ਉਹ ਮਨ ਕਰਕੇ ਹੀ ਹੁੰਦਾ, ਮਨ ਜਿਹੜਾ ਮੰਨਦਾ ਹੀ ਨਹੀਂ। ਇਹ ਦੁਨੀਆ 'ਤੇ ਪਾਪ ਇੰਨੇ ਕਿਉਂ ਵਧੀ ਜਾਂਦੇ ਆ? ਇਹਦਾ ਕਾਰਨ ਵੀ ਇਹ ਆ ਵੀ ਚੰਗਾ ਕੰਮ ਅਸੀਂ ਮਨ ਲਾ ਕੇ ਨਹੀਂ ਕਰਦੇ। ਹਾਂ, ਬੁਰਾ ਕੰਮ ਕਰਨਾ ਪੂਰਾ ਉਹਦੇ ਵਿੱਚ ਸਾਡਾ ਮਨ ਆ। ਹੁਣ ਬੱਚੇ ਹੀ ਆ, ਉਹਨਾਂ ਨੂੰ ਆਪਾਂ ਵੇਖਦੇ ਹਾਂ ਕਿੰਨਾ ਸਮਾਂ ਮੋਬਾਈਲ ਫੋਨ ਹੱਥ ਵਿੱਚ ਉਹਨਾਂ ਦੇ ਹੁੰਦਾ, ਰੋਕਦੇ ਹਾਂ ਟੋਕਦੇ ਹਾਂ, ਮੰਨਦੇ ਨਹੀਂ, ਕਿਤਾਬ ਨਹੀਂ ਉਹਨਾਂ ਸਮਾਂ ਚੁੱਕਦੇ, ਕਿਤਾਬ ਚੁੱਕਦੇ ਤਾਂ ਉਹਨਾਂ ਨੂੰ ਨੀਂਦ ਆਉਂਦੀ ਹੈ, ਕਿਉਂਕਿ ਕਿਤਾਬ ਪੜ੍ਹਨ ਵਿੱਚ ਉਹਨਾਂ ਦਾ ਮਨ ਨਹੀਂ ਹੈਗਾ, ਮੋਬਾਈਲ ਫੋਨ ਚਲਾਉਣ ਵਿੱਚ ਉਹਨਾਂ ਦਾ ਪੂਰਾ ਮਨ ਆ। ਇਸ ਕਰਕੇ ਤੁਸੀਂ ਸਤਿਗੁਰਾਂ ਦੇ ਬਚਨ ਯਾਦ ਰੱਖਣੇ ਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਆ। ਔਸਰ ਆਪਣਾ ਬੂਝੈ ਨਾ ਇਆਨਾ, ਬੇਸਮਝ ਬੰਦਾ ਆਪਦੇ ਮੌਕੇ ਨੂੰ ਸਮਝਦਾ ਹੀ ਨਹੀਂ ਵੀ ਇਹ ਮੌਕਾ ਮਿਲਿਆ, ਜੀਵਨ ਮਿਲਿਆ, ਮਾਇਆ ਮੋਹ ਰੰਗ ਲਪਟਾਨਾ। ਇਹ ਤਾਂ ਮਾਇਆ ਦੇ ਰੰਗ ਵਿੱਚ ਰੰਗਿਆ ਪਿਆ ਇਹੋ ਜਿਹਾ ਬੰਦੇ ਦਾ ਸੁਭਾਅ। ਅਤੇ ਜਿਹੜੇ ਹੰਝੂ ਆਉਂਦੇ ਆ, ਵਿਰਾਗ ਆਉਂਦਾ,
ਗੁਰਮੁਖ ਪਿਆਰਿਓ, ਉਹ ਅਸਲ ਦੇ ਵਿੱਚ ਇੱਕ ਚੰਗੀ ਨਿਸ਼ਾਨੀ ਆ। ਅੱਥਰੂ ਆਉਂਦੇ ਆ, ਵਿਰਾਗ ਆਉਂਦਾ। ਉਹ ਹੰਝੂ ਜਿਹੜੇ ਆ ਵਿਰਾਗ ਦੀ ਨਿਸ਼ਾਨੀ ਆ। ਅਤੇ ਵਿਰਾਗ ਜਿਹੜਾ ਧਰਮ 'ਤੇ ਜੇ ਤੁਸੀਂ ਚੱਲਣਾ, ਉਹਦੇ ਲਈ ਸਭ ਤੋਂ ਬੜਾ ਜ਼ਰੂਰੀ ਆ। ਕਿਉਂਕਿ ਦੁਨੀਆਂ ਦੇ ਲੋਕ ਰੋਂਦੇ ਆ ਮਾਇਆ ਦੀ ਖਾਤਰ, ਦੁਨੀਆਂ ਦੇ ਲੋਕ ਰੋਂਦੇ ਆ ਧੀਆਂ ਪੁੱਤਾਂ ਦੀ ਖਾਤਰ, ਦੁਨੀਆਂ ਦੇ ਲੋਕ ਰੋਂਦੇ ਆ ਜਦੋਂ ਉਹਨਾਂ ਦਾ ਕੰਮ ਨਹੀਂ ਬਣਦਾ, ਵਿਘਨ ਪੈ ਜਾਂਦਾ, ਵਪਾਰ 'ਚ ਘਾਟਾ ਪੈ ਜਾਂਦਾ, ਜਾਂ ਕਿਸੇ ਨਾਲ ਵਿਛੋੜਾ ਹੋ ਜਾਂਦਾ। ਪਰ ਇਹ ਅਹਿਸਾਸ ਹੋਣਾ ਕਿ ਮੈਂ ਰੱਬ ਨਾਲੋਂ ਵਿਛੜਿਆ, ਇਹ ਰੱਬੀ ਪ੍ਰੀਤ ਆ। ਇਹ ਵਿਛੋੜੇ ਦੀ ਬਿਰਹਾ ਦੀ ਪੀੜਾ, ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਨ। ਬਾਬਾ ਫਰੀਦ ਜੀ ਕਹਿੰਦੇ ਵਿਰਾਗ ਆਉਣਾ ਤਾਂ ਬੜਾ ਜ਼ਰੂਰੀ ਆ। ਜਿਨ੍ਹਾਂ ਲੋਕਾਂ ਨੂੰ ਬੰਦਗੀ ਕਰਦੇ ਸਮੇਂ ਵਿਰਾਗ ਹੀ ਨਹੀਂ ਆਉਂਦਾ, ਅੱਖਾਂ ਦੇ ਵਿੱਚ ਹੰਝੂ ਹੀ ਨਹੀਂ ਆਉਂਦੇ, ਉਹ ਬੰਦੇ ਕਦੇ ਵੀ ਧਰਮੀ ਨਹੀਂ ਹੋ ਸਕਦੇ। ਅਤੇ ਭਾਈ ਨੰਦ ਲਾਲ ਸਾਹਿਬ ਜੀ ਦਾ ਵੀ ਬਚਨ ਆ, ਜੇ ਰੱਬ ਦੇ ਰਸਤੇ 'ਤੇ ਤੁਰਨਾ ਤਾਂ ਤੁਹਾਡੀਆਂ ਅੱਖਾਂ ਦੇ ਝਿਮਣੇ ਗਿੱਲੇ ਹੋਣੇ ਬੜੇ ਜ਼ਰੂਰੀ ਆ। ਭਾਵ ਕਿ ਅੱਖਾਂ ਦੇ ਝਿਮਣੇ ਗਿੱਲੇ ਹੋਣ ਤੋਂ ਭਾਵ ਕਿ ਉਹ ਵਿਰਾਗ ਆਉਣਾ ਬੜਾ ਜ਼ਰੂਰੀ ਆ, ਹੰਝੂ ਆਉਣੇ ਬੜੇ ਜ਼ਰੂਰੀ ਆ। ਤਾਂ ਇੱਥੇ ਮੈਂ ਤੁਹਾਨੂੰ ਇੱਕ ਸਾਖੀ ਸੁਣਾਉਂਦਾ, ਸਭ ਕੁਝ ਸਪੱਸ਼ਟ ਹੋ ਜਾਵੇਗਾ। ਕਿਸੇ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਆ, ਕੋਈ ਰੱਬ ਦੇ ਪਿਆਰੇ ਸੀ, ਉਹਨਾਂ ਕੋਲ ਕੋਈ ਬਜ਼ੁਰਗ ਚੱਲ ਕੇ ਆਇਆ, ਰੋਣ ਲੱਗ ਗਿਆ। ਮਹਾਂਪੁਰਖ ਕਹਿਣ ਲੱਗੇ, ਭਾਈ ਕੀ ਹੋ ਗਿਆ, ਇਉਂ ਕਿਉਂ ਰੋ ਰਿਹਾ, ਇਹ ਗੁਰੂ ਨਾਨਕ ਜੀ ਦਾ ਘਰ ਆ, ਤੂੰ ਰੋ ਨਾ। ਇੱਥੇ ਲੋਕ ਰੋਂਦੇ ਜ਼ਰੂਰ ਆਉਂਦੇ ਆ, ਪਰ ਹੱਸਦੇ ਜਾਂਦੇ ਆ। ਕਹਿਣ ਲੱਗਾ ਮਹਾਂਪੁਰਖੋ, ਜਦੋਂ ਮੈਂ ਨਾਮ ਜਪਦਾ ਪਹਿਲਾਂ ਵਾਲੀ ਖੇਡ ਨਹੀਂ ਬਣਦੀ, ਜਦੋਂ ਮੈਂ ਨਿਤਨੇਮ ਕਰਦਾ ਅੱਜ ਤੋਂ ਜੋ ਪਹਿਲਾਂ ਖੇਡ ਬਣਦੀ ਸੀ, ਆਨੰਦ ਆਉਂਦਾ ਸੀ, ਰਸ ਆਉਂਦਾ ਸੀ, ਉਹ ਹੁਣ ਨਹੀਂ ਰਿਹਾ। ਕਿਰਪਾ ਕਰਕੇ ਦੱਸੋ ਮੈਨੂੰ ਸਭ ਕੁਝ ਕਿਉਂ ਹੋ ਗਿਆ। ਮਹਾਂਪੁਰਖ ਕਹਿਣ ਲੱਗੇ, ਦੇਖ ਭਾਈ, ਤੂੰ ਕੋਈ ਕਿਸੇ ਦਾ ਇਹੋ ਜਿਹਾ ਪਦਾਰਥ ਖਾ ਲਿਆ ਹੋਵੇਗਾ ਜਿਹਦੇ ਕਰਕੇ ਤੇਰਾ ਮਨ ਨਹੀਂ ਲੱਗਦਾ। ਫਿਰ ਕਹਿਣ ਲੱਗਾ, ਜੀ ਮੈਂ ਤਾਂ ਕਦੇ ਵੀ ਅਜਿਹਾ ਕੁਝ ਖਾਂਦਾ ਹੀ ਨਹੀਂ, ਛਕਦਾ ਹੀ ਨਹੀਂ ਬਾਹਰੋਂ ਮੈਂ। ਤੁਸੀਂ ਦੱਸੋ ਵੀ ਇਹ ਕੀ ਆ, ਤੁਸੀਂ ਮਹਾਂਪੁਰਖੋਂ ਜਾਣੀ ਜਾਣੋ, ਇਹ ਸਭ ਕੁਝ ਕਿਵੇਂ ਵਾਪਰਿਆ। ਮਹਾਂਪੁਰਖ ਕਹਿਣ ਲੱਗੇ, ਸਤਿਗੁਰੂ ਮਹਾਰਾਜ ਨੇ ਬੱਜਰ ਕਰਹਿਤਾਂ ਕਹੀਆਂ ਨੇ, ਉਹਦੇ ਵਿੱਚੋਂ ਇੱਕ ਕਰਹਿਤ ਆ ਤੰਬਾਕੂ ਵਰਤਣਾ। ਤੰਬਾਕੂ ਨੂੰ ਜਗਤ ਜੂਠ ਵੀ ਕਹਿੰਦੇ ਆ। ਫਿਰ ਮਹਾਂਪੁਰਖ ਨੇ ਜਦੋਂ ਇਹ ਕਰਹਿਤਾਂ ਦਾ ਨਾਮ ਲਿਆ ਕਿ ਕੇਸ ਕਤਲ ਕਰਨੇ ਵੀ ਕਰਹਿਤ ਹੀ ਹੈ, ਇੱਕ ਬੱਜਰ ਕਰਹਿਤ ਆ, ਤੰਬਾਕੂ ਵਰਤਣਾ ਵੀ ਬੱਜਰ ਕਰਹਿਤ ਆ, ਤੁਸੀਂ ਯਾਦ ਕਰੋ ਬਜ਼ੁਰਗੋ, ਕਦੇ ਨਾ ਕਦੇ ਤਾਂ ਤੁਸੀਂ ਕਿਤੇ ਗਏ ਹੋਵੋਗੇ। ਕਹਿਣ ਲੱਗਾ ਮਹਾਂਪੁਰਖੋ, ਜਦੋਂ ਤੂੰ ਅੰਮ੍ਰਿਤ ਛਕ ਲਿਆ, ਘਰ ਦਾ ਬਣਿਆ ਦਾਲ ਫੁਲਕਾ ਛਕਦਾ, ਕਿਧਰੇ ਬਾਹਰੋਂ ਨਹੀਂ ਛਕਦਾ। ਫਿਰ ਉਹਨੂੰ ਯਾਦ ਆ ਗਿਆ, ਕਹਿਣ ਲੱਗਾ ਮਹਾਂਪੁਰਖੋ, ਕੁਝ ਦਿਨ ਪਹਿਲਾਂ ਸਾਡੇ ਪਿੰਡ ਦੇ ਵਿੱਚ ਇੱਕ ਜੱਗ ਕੀਤਾ ਸੀ, ਉੱਥੇ ਮੈਂ ਹਾਜ਼ਰੀ ਭਰੀ ਸੀ। ਮਹਾਂਪੁਰਖ ਕਹਿੰਦੇ, ਬਸ ਇੱਥੇ ਹੀ ਗਲਤੀ ਹੋਈ ਆ। ਕਹਿਣ ਲੱਗਾ, ਦੇਖੋ ਜੀ, ਉਹ ਤਾਂ ਜੱਗ ਕੀਤਾ, ਉਹਨਾਂ ਨੇ ਪ੍ਰਸ਼ਾਦ ਵਰਤਾਇਆ, ਇਹ ਤਾਂ ਇਹਦੇ ਵਿੱਚ ਤਾਂ ਕੁਝ ਗਲਤ ਨਹੀਂ। ਮਹਾਂਪੁਰਖ ਕਹਿੰਦੇ, ਉਹ ਜਿਹੜੇ ਮਹਾਂਪੁਰਖਾਂ ਨੇ ਰੱਬ ਦੇ ਪਿਆਰਿਆਂ ਨੇ ਜੱਗ ਕਰਵਾਇਆ ਸੀ, ਉਹ ਤਾਂ ਚਲੋ ਭਲੇ ਸੀਗੇ, ਪਰ ਜਦੋਂ ਉਹਨਾਂ ਦੇ ਸੇਵਾਦਾਰਾਂ ਨੇ ਉਗਰਾਹੀ ਕੀਤੀ ਆ, ਪਿੰਡ ਦੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਆਉਂਦੇ ਹੁੰਦੇ ਆ, ਜਿਵੇਂ ਕਿ ਫਲਾਣੀ ਜਗ੍ਹਾ ਲੰਗਰ ਲਾਉਣਾ, ਉਹਨੂੰ ਉਗਰਾਹੀ ਕਹਿੰਦੇ ਆ ਸਾਧ ਸੰਗਤ ਜੀ। ਜਦੋਂ ਸੇਵਾਦਾਰਾਂ ਨੇ ਜਿੱਥੇ ਭਲੇ ਲੋਕਾਂ ਤੋਂ ਉਗਰਾਹੀ ਕੀਤੀ, ਕਿਰਤੀ ਲੋਕਾਂ ਤੋਂ ਉਗਰਾਹੀ ਕੀਤੀ, ਉੱਥੇ ਤੰਬਾਕੂ ਪੀਣ ਵਾਲੇ ਵੀ ਲੋਕ ਸੀ, ਉਹਨਾਂ ਨੇ ਵੀ ਪੈਸੇ ਦੇ ਦਿੱਤੇ, ਉਹਨਾਂ ਤੋਂ ਵੀ ਮਾਇਆ ਲੈ ਲਈ ਉਹਨਾਂ ਨੇ, ਉਹ ਤੰਬਾਕੂ ਪੀ ਰਹੇ ਸੀ ਉੱਥੇ, ਉਹਨਾਂ ਦੇ ਪੈਸੇ ਲਿਆ ਕੇ ਉਹਨਾਂ ਦਾ ਹੀ ਪ੍ਰਸ਼ਾਦ ਜਿਹੜਾ ਸੀ ਬਣਾ ਕੇ ਵਰਤਾ ਦਿੱਤਾ ਉਹ ਪੈਸਿਆਂ ਦਾ। ਉਹਦੇ ਕਰਕੇ ਤੇਰੀ ਸਾਰੀ ਅੱਜ ਤੱਕ ਦੀ ਕੀਤੀ ਹੋਈ, ਜੋ ਤੂੰ ਕਹਿੰਦਾ ਵੀ ਨੇਮ ਵਿੱਚ, ਨਿਤਨੇਮ ਦੇ ਵਿੱਚ ਮੇਰਾ ਮਨ ਲੱਗਦਾ ਸੀ,
ਰੱਬ ਦੇ ਨਾਲ ਤਾਰਾਂ ਜੁੜਦੀਆਂ ਸੀ, ਉਹ ਆਨੰਦ ਆਉਂਦਾ ਸੀ, ਰਸ ਆਉਂਦਾ ਸੀ, ਖੇੜਾ ਆਉਂਦਾ ਸੀ, ਉਹ ਹਟ ਗਿਆ। ਉਹ ਤਾਂ ਹੀ ਹਟ ਗਿਆ ਕਿ ਤੰਬਾਕੂ ਵਰਤਣ ਵਾਲਿਆਂ ਨੇ ਉਹ ਬੱਜਰ ਕਰਿਆ ਤਾਂ ਤੰਬਾਕੂ ਵਰਤਣਾ ਜਗਤ ਜੂਠ ਆ। ਦਸਵੇਂ ਪਾਤਸ਼ਾਹ ਜੀ ਦਾ ਘੋੜਾ ਵੀ ਨਹੀਂ ਲੰਘਿਆ ਸੀ ਉੱਥੋਂ ਤੰਬਾਕੂ ਦੇ ਖੇਤਾਂ ਵਿੱਚੋਂ, ਤਾਂ ਕਰਕੇ ਉਹ ਤੁਹਾਡਾ ਸਾਰਾ ਕੁਝ ਜਿਹੜਾ ਹੈ ਨਾ ਇਹ ਖਤਮ ਹੋ ਗਿਆ। ਫਿਰ ਉਹ ਕਹਿਣ ਲੱਗੇ, ਮਹਾਂਪੁਰਖੋ ਇੰਨੇ ਅੰਤਰਜਾਮੀ ਹੋ ਤੁਸੀਂ, ਤੁਸੀਂ ਇੱਥੇ ਬੈਠਿਆਂ ਨੇ ਦੱਸ ਦਿੱਤਾ ਅਤੇ ਹੁਣ ਇਹਦਾ ਇਲਾਜ ਵੀ ਦੱਸ ਦਿਉ। ਫਿਰ ਮਹਾਂਪੁਰਖਾਂ ਨੇ ਕਿਹਾ ਵੀ ਤੂੰ ਭਾਈ ਕੇਸੀ ਇਸ਼ਨਾਨ ਕਰਕੇ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਅਰਦਾਸ ਕਰਨੀ ਆ ਮਾਲਕ ਅੱਗੇ ਕਿ ਇਹ ਇੱਕ ਸੂਖਮ ਭੁੱਲ ਆ ਜਿਹੜੀ ਹੋਈ ਆ, ਉਹਦੀ ਭੁੱਲ ਬਖਸ਼ਾਉਣੀ ਆ, ਰੋਜ਼ ਨਿਤਨਿਮ ਕਰਨਾ ਕੇਸੀ ਇਸ਼ਨਾਨ ਕਰਕੇ, ਸਭ ਕੁਝ ਫਿਰ ਹੋ ਜਾਵੇਗਾ, ਫਿਰ ਉੱਦਾਂ ਦੀ ਖੇਡ ਬਣ ਜਾਵੇਗੀ। ਫਿਰ ਉਹ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਫਿਰ ਜਦੋਂ ਕੁਝ ਦਿਨਾਂ ਬਾਅਦ ਉਹੀ ਆਨੰਦ ਉਹਨਾਂ ਨੂੰ ਆਉਣ ਲੱਗਾ, ਉਹਨਾਂ ਨੇ ਆ ਕੇ ਮਹਾਂਪੁਰਖੇ ਕੌਣ ਸੀ, ਧੰਨ ਧੰਨ ਬਾਬਾ ਈਸਰ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ, ਉਹਨਾਂ ਦਾ ਧੰਨਵਾਦ ਕੀਤਾ, ਸ਼ੁਕਰਾਨਾ ਕੀਤਾ ਕਿ ਮਹਾਂਪੁਰਖੋ ਧੰਨਵਾਦ ਤੁਹਾਡਾ, ਸ਼ੁਕਰਾਨਾ ਤੁਹਾਡਾ। ਹੁਣ ਉਹੀ ਜਿਹੜੀ ਖੇਡ ਆ ਬਣ ਚੁੱਕੀ ਆ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਕਈ ਵਾਰ ਤਾਂ ਸਾਨੂੰ ਹੰਝੂ ਜਦੋਂ ਆਉਂਦੇ ਆ ਉਹ ਤਾਂ ਵਿਰਾਗ ਵਾਲੇ ਹੁੰਦੇ ਆ, ਅਤੇ ਕਈ ਵਾਰੀ ਜਿਹੜੇ ਅੱਥਰੂ ਆ ਇਸ ਤਰ੍ਹਾਂ ਵੀ ਆ ਜਾਂਦੇ ਆ ਵੀ ਮੈਂ ਤਾਂ ਬਾਣੀ ਪੜ੍ਹਦਾ, ਮੇਰਾ ਤਾਂ ਕਾਰਜ ਬਣਦਾ ਹੀ ਨਹੀਂ। ਗੁਰੂ ਅੱਗੇ ਇੱਕ ਅਲਾਂਭੇ ਦੇ ਤੌਰ 'ਤੇ ਵੀ ਆਪਾਂ ਕਹਿੰਦੇ ਹਾਂ ਵੀ ਲੋਕ ਜਿਹੜੇ ਅੱਗੇ ਜਾ ਰਹੇ ਆ, ਮੈਂ ਪਿੱਛੇ ਰਹਿ ਗਿਆ ਉਹਨਾਂ ਤੋਂ, ਮੈਂ ਕਾਮਯਾਬ ਨਹੀਂ ਹੋਇਆ ਜ਼ਿੰਦਗੀ 'ਚੋਂ। ਇਸ ਤਰ੍ਹਾਂ ਉਲਾਂਭੇ ਦੇ ਰੂਪ ਵਿੱਚ ਵੀ ਕਈ ਵਾਰੀ ਗੁਰੂ ਅੱਗੇ ਜਾ ਕੇ ਆਪਾਂ ਆਪਣੇ ਹੰਝੂ ਜਿਹੜੇ ਆ ਨਿਕਲਦੇ ਆ, ਅੱਥਰੂ ਨਿਕਲਦੇ ਆ। ਤਾਂ ਇਹ ਭਾਵਨਾ ਦੀ ਗੱਲ ਆ, ਉਹਦੇ ਪਿੱਛੇ ਕਿਹੜੀ ਭਾਵਨਾ ਕੰਮ ਕਰ ਰਹੀ ਆ ਇਹ ਸਾਨੂੰ ਦੇਖਣਾ ਪਵੇਗਾ। ਦੇਖੋ ਦੂਜੇ ਜਿਹੜੇ ਲੋਕ ਆ ਉਹ ਸਾਡੇ ਬਾਰੇ ਇੰਨਾ ਨਹੀਂ ਦੱਸ ਸਕਦੇ, ਕਿਉਂਕਿ ਸਾਡੇ ਜਿਹੜੇ ਮਿੱਤਰ ਆ ਉਹਨਾਂ ਦਾ ਕੰਮ ਆ ਸਾਨੂੰ ਸਲਾਉਣਾ, ਉਹ ਸਾਨੂੰ ਸਲਾਉਂਦੇ ਆ, ਉਹਨਾਂ ਨੇ ਸਾਨੂੰ ਨਿੰਦਣਾ ਨਹੀਂ ਹੈਗਾ। ਦੁਸ਼ਮਣਾਂ ਦਾ ਕੰਮ ਹੁੰਦਾ ਸਾਡੀ ਨਿੰਦਿਆ ਕਰਨੀ, ਮਿੱਤਰਾਂ ਨੇ ਸਾਨੂੰ ਚੰਗਾ ਹੀ ਕਹਿਣਾ ਅਤੇ ਦੁਸ਼ਮਣਾਂ ਨੇ ਸਾਨੂੰ ਨਿੰਦਣਾ ਹੀ ਆ, ਮਾੜਾ ਹੀ ਕਹਿਣਾ। ਇਸ ਕਰਕੇ ਨਾ ਤਾਂ ਅਸੀਂ ਚੰਗੇ ਹਾਂ ਨਾ ਅਸੀਂ ਮਾੜੇ ਹਾਂ। ਮੇਰੇ ਕਹਿਣ ਦਾ ਭਾਵ ਇਹ ਆ ਵੀ ਨਾ ਤਾਂ ਅਸੀਂ ਉਹ ਹਾਂ ਜਿਹੜੇ ਸਾਡੇ ਮਿੱਤਰ ਕਹਿੰਦੇ ਆ, ਅਤੇ ਨਾ ਅਸੀਂ ਉਹ ਲੋਕ ਹਾਂ ਜਿਹੜੇ ਸਾਡੇ ਦੁਸ਼ਮਣ ਕਹਿੰਦੇ ਆ, ਅਸੀਂ ਤਾਂ ਉਹ ਹਾਂ ਜੋ ਅਸੀਂ ਸੋਚਦੇ ਹਾਂ। ਅਤੇ ਉਹਦਾ ਫੈਸਲਾ ਤੁਸੀਂ ਖੁਦ ਕਰਨਾ ਵੀ ਤੁਸੀਂ ਕੀ ਸੋਚਦੇ ਹੋ। ਦੁਨੀਆ 'ਤੇ ਜਿੰਨੇ ਲੋਕ ਆ ਉਹਨਾਂ ਦੇ ਬਾਰੇ ਕੋਈ ਦੂਜਾ ਫੈਸਲਾ ਨਹੀਂ ਕਰ ਸਕਦਾ, ਇਹ ਆਪ ਪਛਾਣੈ ਸੋ ਸਭ ਗੁਣ ਜਾਣੈ। ਬੰਦੇ ਨੂੰ ਆਪਣੀ ਪਛਾਣ ਖੁਦ ਕਰਨੀ ਪੈਣੀ ਆ ਵੀ ਮੈਨੂੰ ਜਦੋਂ ਮੈਂ ਪਾਠ ਕਰਦਾ ਇਹ ਉਬਾਸੀਆਂ ਆਉਂਦੀਆਂ, ਇਹਦਾ ਕਾਰਨ ਕੀ ਆ। ਉੱਤਰ ਬੰਦੇ ਦੇ ਕੋਲ ਹੁੰਦਾ, ਕਈ ਵਾਰੀ ਅਸੀਂ ਨਿਰਉੱਤਰ ਹੋ ਜਾਂਦੇ ਹਾਂ ਕਿਉਂਕਿ ਅਸੀਂ ਉੱਤਰ ਖੋਜਣਾ ਨਹੀਂ ਚਾਹੁੰਦੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸਾਰੀਆਂ ਗੱਲਾਂ ਦੇ ਜਵਾਬ ਦਿੱਤੇ ਆ, ਬਸ ਬੁਰੇ ਕੰਮ ਨੂੰ ਕਰਨ ਸਮੇਂ ਕੋਈ ਸਾਨੂੰ ਨੀਂਦ ਨਹੀਂ ਆਉਂਦੀ, ਕੋਈ ਉਬਾਸੀ ਨਹੀਂ ਆਉਂਦੀ, ਚੰਗਾ ਕੰਮ ਕਰਨ ਸਮੇਂ ਸਾਨੂੰ ਇਹ ਜਿਹੜੀ ਆ ਨੀਂਦ ਆਉਂਦੀ ਆ। ਉਹ ਪਾਠ ਕਰਦੇ ਹਾਂ ਕਈ ਵਾਰੀ ਉਬਾਸੀਆਂ ਆਉਂਦੀਆਂ, ਹਟਦੀਆਂ ਹੀ ਨਹੀਂ। ਇਹ ਜੋ ਕੁਝ ਵੀ ਵਾਪਰਦਾ ਇਹਦਾ ਸੰਬੰਧ ਸਾਡੇ ਮਨ ਦੇ ਨਾਲ ਆ। ਮਨ ਜਿਹੜਾ ਹੈ ਅੱਜ ਦਾ ਨਹੀਂ ਕਈ ਜਨਮਾਂ ਦਾ ਰੱਬ ਨਾਲੋਂ ਵਿਛੜਿਆ ਵਾ। ਇਹ ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਗੁਰਮੁਖ ਪਿਆਰਿਓ ਇਹ ਮਨ ਜਿਹੜਾ ਨਾ ਬੁਰੇ ਕਾਮ ਕੋ ਊਟ ਖਲੋਇਆ, ਮੰਦੇ ਅਮਲਾਂ ਵਾਸਤੇ ਬੰਦਾ ਉੱਠ ਕੇ ਖੜਾ ਹੋ ਜਾਂਦਾ। ਜਦੋਂ ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦਾ ਸਮਾਂ ਹੁੰਦਾ ਲੰਮੀਆਂ ਤਾਣ ਕੇ ਸੌ ਜਾਂਦਾ। ਇਸ ਕਰਕੇ ਸਾਧ ਜਨਾ ਕਾ ਦਰਸ ਨਾ ਡੀਠਾ, ਇਹ ਕਦੇ ਸਾਧੂ ਸੰਤਾਂ ਦੇ ਦਰਸ਼ਨ ਕਰਨ ਲਈ ਤਿਆਰ ਹੁੰਦਾ ਮਨ ਹੁੰਦਾ ਹੀ ਨਹੀਂ। ਕਬੂ ਹੂੰ ਨਾ ਸਮਝੇ ਅਗਿਆਨ ਗਵਾਰਾ, ਇਹ ਬੇਵਕੂਫ ਵਹਿਸ਼ੀ ਕਦੇ ਵੀ ਸੋਝੀ ਨਹੀਂ ਫੜਦਾ।
ਇਹਨੂੰ ਬੰਦੇ ਨੂੰ ਇੰਨਾ ਗਿਆਨ ਹੀ ਨਹੀਂ, ਇਸ ਕਰਕੇ ਮੁੜ ਮੁੜ ਕੇ ਧੰਦਿਆਂ ਵਿੱਚ ਰੁੱਝਦਾ, ਵਾਰ ਵਾਰ ਜੂਨਾਂ ਵਿੱਚ ਆਉਂਦਾ, ਝਮੇਲਿਆਂ 'ਚ ਫਸਦਾ। ਮਹਾਂਪੁਰਖ ਰੱਬ ਦੇ ਪਿਆਰੇ, ਇਸ ਤਰ੍ਹਾਂ ਧੰਨ ਧੰਨ ਬਾਬਾ ਈਸਰ ਸਿੰਘ ਜੀ ਨੇ ਉਹ ਬਜ਼ੁਰਗਾਂ ਨੂੰ ਬਾਣੀ ਦੇ ਨਾਲ ਫਿਰ ਤੋਂ ਜੋੜ ਦਿੱਤਾ। ਤਾਂ ਇਹ ਤੰਬਾਕੂ ਵਰਤਣਾ ਬੱਜਰ ਕਰਹਿਤ ਆ, ਤਾਂ ਕਦੇ ਵੀ ਇਹਦਾ ਸੇਵਨ ਨਹੀਂ ਕਰਨਾ ਚਾਹੀਦਾ। ਕੋਈ ਵੀ ਨਸ਼ਾ ਹੋਵੇ, ਸਾਰੇ ਹੀ ਨਸ਼ੇ ਮਾੜੇ ਆ, ਪਰ ਤੰਬਾਕੂ ਵਰਤਣਾ ਤਾਂ ਬੱਜਰ ਕਰਹਿਤ ਵਿੱਚ ਆ ਗਿਆ, ਵੀ ਵੱਡਾ ਗੁਨਾਹ। ਬੱਜਰ ਤੋਂ ਭਾਵ ਵੱਡੀ ਗਲਤੀ। ਇੱਕ ਤਾਂ ਹੁੰਦਾ ਛੋਟੀਆਂ ਸੂਖਮ ਗਲਤੀਆਂ, ਉਹ ਤਾਂ ਮਾਫ਼ ਕੀਤੀਆਂ ਜਾ ਸਕਦੀਆਂ, ਪਰ ਸਿੱਖ ਹੋ ਕੇ ਕੋਈ ਤੰਬਾਕੂ ਪੀ ਰਿਹਾ ਕਿੱਡੀ ਮਾੜੀ ਗੱਲ ਆ। ਹੁੱਕਾ ਪੀਣਾ ਕਿੰਨੀ ਮਾੜੀ ਗੱਲ ਆ। ਇਹ ਚੀਜ਼ਾਂ ਬੰਦੇ ਦੇ ਜਿੱਥੇ ਸਰੀਰ 'ਚ ਵਿਗਾੜ ਕਰਦੀਆਂ, ਦੂਜਿਆਂ ਨੂੰ ਵੀ ਦੂਸ਼ਿਤ ਕਰਦੀਆਂ। ਹੁਣ ਕੋਈ ਬੰਦਾ ਸਿਗਰਟ ਪੀਂਦਾ ਹੋਵੇ, ਉਹਦਾ ਧੂੰਆਂ ਜਿਹੜਾ ਉੱਡ ਕੇ ਆਪਣੇ 'ਤੇ ਆ ਰਿਹਾ, ਉਹ ਪ੍ਰਭਾਵ ਤਾਂ ਉਹਦੇ ਅੰਦਰ ਵੀ ਜਾ ਰਿਹਾ ਅਤੇ ਸਾਡੇ 'ਤੇ ਵੀ ਪੈ ਰਿਹਾ। ਇਹ ਚੀਜ਼ਾਂ ਕਈ ਕਰਮ ਇਹੋ ਜਿਹੇ ਹੁੰਦੇ ਆ ਵੀ ਉਹਦੇ ਨਾਲ ਆਲਾ ਦੁਆਲਾ ਸਾਡਾ ਪ੍ਰਭਾਵਿਤ ਹੁੰਦਾ। ਇੰਨੀ ਸੋਹਣੀ ਪ੍ਰਿਥਵੀ, ਇੰਨੀ ਸੋਹਣੀ ਧਰਤੀ, ਲੋਕਾਂ ਨੇ ਇਹਦਾ ਸਭ ਕੁਝ ਦੂਸ਼ਿਤ ਕਰ ਦਿੱਤਾ। ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੰਡੇ ਬੀਜ ਰਹੇ ਹਾਂ, ਜੇ ਬੀਜਾਂਗੇ ਕੰਡੇ ਫੁੱਲ ਕਿੱਥੋਂ ਪਾਵਾਂਗੇ। ਇਸ ਕਰਕੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਚਾਹੀਦੀ ਆ ਕਿ ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੇ ਇਹੋ ਜਿਹੀਆਂ ਗਲਤੀਆਂ ਕੀਤੀਆਂ, ਰਲ ਕੇ ਕੀਤੀਆਂ, ਰਲ ਕੇ ਕੀਤੀਆਂ, ਅਤੇ ਰਲ ਕੇ ਹੀ ਉਹਦਾ ਖਮਿਆਜਾ ਭੁਗਤਣਾ ਪੈਣਾ ਨਾ। ਤਾਂ ਫਿਰ ਆਪਾਂ ਦੋਸ਼ ਰੱਬ ਨੂੰ ਦਿੰਦੇ ਹਾਂ। ਰੱਬ ਨੂੰ ਦੋਸ਼ ਨਹੀਂ ਦੇਣਾ ਚਾਹੀਦਾ, ਇਹ ਬੰਦੇ ਦੇ ਕਰਮਾਂ ਦੀ ਹੀ ਸਜ਼ਾ ਉਹਨੂੰ ਮਿਲਦੀ ਆ। ਗੁਰੂ ਮਹਾਰਾਜ ਅੱਗੇ ਬੇਨਤੀਆਂ ਕਰੀਏ, ਸੱਚੇ ਪਾਤਸ਼ਾਹ ਜੀ ਬਖਸ਼ ਲਓ ਸਾਡੇ ਗੁਨਾਹਾਂ ਨੂੰ, ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਅਤੇ ਫਤਿਹ ਬੁਲਾਈਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਹੀ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।